ਆਗੂਆਂ ਦੀ ਤੇ ਕੇਂਦਰ ਸਰਕਾਰ ਦੀ ਅੱਜ ਹੋਈ ਮੀਟਿੰਗ ਫਿਰ ਬੇਨਤੀਜਾ ਰਹੀ। ਲਗਭਗ 7 ਘੰਟੇ ਇਹ ਮੀਟਿੰਗ ਚੱਲਦੀ ਰਹੀ ਤੇ ਆਪਾਂ ਵੇਖਿਆ ਕਿਸ ਤਰੀਕੇ ਕਿਸਾਨ ਆਗੂਆਂ ਨੇ ਡਟ ਕੇ ਆਪਣੀ ਗੱਲ ਰੱਖੀ, ਉਹਨਾਂ ਦੀ ਚਾਹ ਪਾਣੀ ਤੱਕ ਪੀਣ ਨੂੰ ਮਨਾ ਕਰ ਦਿੱਤਾ। ਪਰ ਕੇਂਦਰ ਸਰਕਾਰ ਵਾਰ-ਵਾਰ ਹੁਣ ਫਿਰ ਤੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਬਿਆਨ ਆ ਰਹੇ ਨੇ ਕਿਸਾਨ ਅੰਦੋਲਨ ਦਾ ਰਸਤਾ ਛੱਡਣ ਤੇ। ਮੈਂ ਕੇਂਦਰੀ ਮੰਤਰੀਆਂ ਨੂੰ ਕਹਿਣਾ ਚਾਹੁੰਦਾ ਵੀ ਕਿਸਾਨਾਂ ਨੇ ਆਹ ਅੰਦੋਲਨ ਕੀਤਾ ਤਾਂ ਤੁਸੀਂ ਗੱਲਬਾਤ ਦਾ ਦੌਰ ਜਾਰੀ ਕੀਤਾ, ਨਹੀਂ ਤਾਂ ਤੁਸੀਂ ਹੁਣ ਤੱਕ ਇਹਨੂੰ ਤੋਹਫਾ ਹੀ ਕਹਿੰਦੇ ਸੀ। ਹੁਣ ਫਿਰ ਮੀਟਿੰਗ ਪਰਸੋਂ 5 ਤਰੀਕ ਨੂੰ 2 ਵਜੇ ਤੇ ਮੁਲਤਵੀ ਹੋ ਗਈ ਹੈ। ਅਸੀਂ ਆਸ ਕਰਦੇ ਹਾਂ ਜਿੱਦਾਂ ਕੇਂਦਰੀ ਮੰਤਰੀ ਕਹਿ ਰਹੇ ਨੇ ਅੰਦੋਲਨ ਦੀ ਰਾਹ ਛੱਡਣ, ਅਤੇ ਮੈਂ ਦੱਸਣਾ ਚਾਹੁੰਦਾ ਕਿ ਅੰਦੋਲਨ ਦੀ ਰਾਹ ਐਡੀ ਸੌਖੀ ਨਹੀਂ ਹੁੰਦੀ। ਇੰਨੀ ਠੰਡ ਦੇ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ ਹੀ 2 ਸਾਡੇ ਕਿਸਾਨ ਸਾਥੀ ਅਕਾਲ ਚਲਾਣਾ ਕਰ ਗਏ ਨੇ। ਇਹਨਾਂ ਹਾਲਾਤਾਂ ਵਿੱਚ ਉਹਨਾਂ ਦੀ ਮੌਤ ਹੋਈ ਹੈ, ਬਹੁਤ ਦੁਖਦ ਹੈਗਾ। ਅਤੇ ਕੇਂਦਰ ਦੀ ਸਰਕਾਰ ਨੂੰ ਸਮਝਣਾ ਚਾਹੀਦਾ, ਮੈਨੂੰ ਲੱਗਦਾ ਹੁਣ ਤੱਕ ਦੀ ਇਤਿਹਾਸ ਦੀ ਸਭ ਤੋਂ ਅਸੰਵੇਦਨਸ਼ੀਲ ਸਰਕਾਰ ਇਹ ਮੋਦੀ ਸਰਕਾਰ ਹੈ। ਲੱਖਾਂ ਦੀ ਗਿਣਤੀ ਵਿੱਚ ਕਿਸਾਨ ਇੰਨੀ ਠੰਡ ਵਿੱਚ ਸੜਕਾਂ 'ਤੇ ਪਏ ਨੇ, ਪਰ ਹੁਣ ਵੀ ਇਹ ਬਿੱਲ ਨੂੰ ਰੱਦ ਕਰਨ ਦੀ ਥਾਂ 'ਤੇ ਸਮਝਾਉਣ ਦਾ ਹੀ ਰਸਤਾ ਅਖਤਿਆਰ ਕਰ ਰਹੇ ਨੇ। ਮੈਂ ਬੇਨਤੀ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ, ਅਮਿਤ ਸ਼ਾਹ ਗ੍ਰਹਿ ਮੰਤਰੀ ਜੀ ਨੂੰ ਅਤੇ ਕੇਂਦਰੀ ਜਿਹੜੇ ਖੇਤੀ ਮੰਤਰੀ ਨੇ, ਜਿੰਨੇ ਵੀ ਕੇਂਦਰ ਸਰਕਾਰ ਦੇ ਨੇਤਾ ਨੇ, ਕਿ ਕਿਸਾਨਾਂ ਨੂੰ ਸਮਝਾਉਣ ਦੀ ਥਾਂ 'ਤੇ 5 ਤਰੀਕ ਨੂੰ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਤੁਸੀਂ ਕੰਮ ਕਰੋ, ਤਾਂ ਜੋ ਕਿਸਾਨ ਵੀ ਕੋਈ ਖੁਸ਼ੀ ਨਾਲ ਇੱਥੇ ਨਹੀਂ ਬੈਠੇ, ਆਪਣੇ ਆਪਣੇ ਘਰਾਂ ਨੂੰ ਜਾਣ, ਖੇਤੀਬਾੜੀ ਵਿੱਚ ਆਪਣਾ ਧਿਆਨ ਦੇਣ, ਤਾਂ ਕਿ ਦੇਸ਼ ਨੂੰ ਤਰੱਕੀ ਕਰੇ। ਕਿਉਂ ਤੁਸੀਂ ਪੂੰਜੀਪਤੀਆਂ ਨੂੰ ਖੁਸ਼ ਕਰਨ ਵਾਸਤੇ ਹਜ਼ਾਰਾਂ ਲੱਖਾਂ ਪਰਿਵਾਰਾਂ ਨੂੰ ਉਜਾੜਨ 'ਤੇ ਲੱਗੇ ਹੋ? ਅਤੇ ਸਾਰੇ ਦੇਸ਼ ਦੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਾਲੇ ਕਾਨੂੰਨਾਂ ਨੂੰ ਵਾਪਸ ਲਓ। ਅਤੇ ਜੇ ਤੁਸੀਂ ਵਾਰ ਵਾਰ ਦਿੱਲੀ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਇਹ ਹਵਾਲਾ ਦਿੰਦੇ ਹੋ, ਦਿੱਲੀ ਵਾਲੇ ਕੀ, ਮੈਂ ਕਹਿੰਦਾ ਪੂਰੇ ਭਾਰਤ ਵਾਲੇ ਇਹਨਾਂ ਹਾਲਾਤਾਂ ਵਿੱਚ ਕਿਸਾਨਾਂ ਦੇ ਨਾਲ ਖੜੇ ਨੇ, ਅਤੇ ਤੁਸੀਂ ਜਰਾ ਆਪਣਾ ਸੋਚ ਦਾ ਦਾਇਰਾ ਵਧਾਓ ਅਤੇ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਲਓ। ਆਸ ਕਰਦੇ ਹਾਂ 5 ਤਰੀਕ ਵਾਲੀ ਮੀਟਿੰਗ ਤੁਸੀਂ ਕਾਲੇ ਕਾਨੂੰਨ ਨੂੰ ਰੱਦ ਕਰਨ ਦਾ ਐਲਾਨ ਕਰੋਗੇ ਅਤੇ ਕਿਸਾਨ ਆਪਣੇ ਘਰਾਂ ਨੂੰ ਖੁਸ਼ੀ ਖੁਸ਼ੀ ਪਰਤਣਗੇ। ਬਹੁਤ